ਇੱਕ ਸ਼ੋਰੂਮ ਦੇ ਮਾਲਕ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਗੋਲੀਆਂ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਿੰਨ ਹਮਲਾਵਰ ਆਏ ਨੇ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੌਥਾ ਬਦਮਾਸ਼ ਬਾਈਕ ਤੇ ਸਵਾਰ ਰਿਹਾ। ਤਿੰਨ ਜਾਣੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਕੇ ਮੋਟਰਸਾਈਕਲ ਤੇ ਚੜੇ ਤੇ ਇੱਥੋਂ ਫਰਾਰ ਹੋ ਗਏ। ਤਾਂ ਹਰਿਆਣਾ ਦੇ ਹਾਂਸੀ ਦੇ ਵਿੱਚ ਇੱਕ ਸ਼ੋਰੂਮ ਦੇ ਮਾਲਕ ਦਾ ਕਤਲ ਕੀਤਾ ਗਿਆ। ਬਾਈਕ ਤੇ ਸਵਾਰ ਹੋ ਕੇ ਇਹ ਹਮਲਾਵਰ ਆਏ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ। ਦੱਸ ਦਈਏ ਕਿ ਜਿਸ ਦਾ ਕਤਲ ਕੀਤਾ ਗਿਆ ਉਸਦਾ ਨਾਮ ਰਵਿੰਦਰ ਸੈਣੀ ਹੈ, ਜੋ ਕਿ JJP ਦੇ ਨਾਲ ਜੁੜਿਆ ਹੋਇਆ। ਵਾਰਦਾਤ ਸਮੇਂ ਸੈਣੀ ਦਾ ਗਨਮੈਨ ਵੀ ਮੌਕੇ ਤੇ ਮੌਜੂਦ ਸੀ। ਵਾਰਦਾਤ CCTV ਕੈਮਰੇ ਦੇ ਵਿੱਚ ਕੈਦ ਹੋਈ ਹੈ। ਚਾਰ ਨੌਜਵਾਨ ਸਪਲੈਂਡਰ ਬਾਈਕ ਤੇ ਆਏ ਬਿਨਾਂ ਨੰਬਰ ਪਲੇਟ ਦੇ। ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਭੱਜਦੇ ਹੋਏ ਕੈਮਰੇ ਦੇ ਵਿੱਚ ਕੈਦ ਹੋਏ ਨੇ। ਬਾਈਕ ਤੇ ਇੱਕ ਨੌਜਵਾਨ ਜੋ ਚਲਾ ਰਿਹਾ ਸੀ ਉਹ ਬਾਈਕ ਤੇ ਸਵਾਰ ਰਿਹਾ। ਤਿੰਨ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਤੇ ਭੱਜ ਕੇ ਆ ਕੇ ਬਾਈਕ ਤੇ ਚੜ ਗਏ ਤੇ ਮੌਕੇ ਤੋਂ ਫਰਾਰ ਹੋ ਗਏ। ਇਹਨਾਂ ਦਾ ਕਾਰਨਾਮਾ CCTV ਕੈਮਰੇ ਦੇ ਵਿੱਚ ਕੈਦ ਹੋਇਆ। ਤਾਂ ਹਰਿਆਣਾ ਦੇ ਹਾਂਸੀ ਦੇ ਵਿੱਚ ਹੀਰੋ ਮੋਟਰਸਾਈਕਲ ਸ਼ੋਰੂਮ ਦੇ ਮਾਲਕ ਰਵਿੰਦਰ ਸੈਣੀ ਦਾ ਦਿਨ ਦਿਹਾੜੇ ਕਤਲ ਕੀਤਾ ਗਿਆ। ਬਾਈਕ ਸਵਾਰਾਂ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ। CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਫਿਲਹਾਲ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।